ਹੱਲ ਬਣਾ ਲੈ, ਮੌਲਵੀ ਬਣਾ ਲੈ। ਮੈਨੂੰ 500 ਬੰਦੇ ਇੱਕੋ ਹੀ ਜਵਾਬ ਦਿੱਤਾ ਹੈ 20-25 ਸਾਲਾਂ 'ਚ। ਉਹ ਕਹਿੰਦਾ ਡੋਗਰ ਸਾਹਿਬ, ਮੈਂ ਕਿਹਾ ਜੀ। ਉਹ ਕਹਿੰਦਾ ਜੇ ਮੌਲਵੀ ਬਣਾ ਲਿਆ ਮੁੰਡਾ, ਖਾਏਗਾ ਕਿੱਥੋਂ? ਕੀ ਫਰਮਾਇਆ? ਖਾਏਗਾ ਕਿੱਥੋਂ? ਚਲੋ ਜੀ, ਇਹ ਗੱਲ ਮੈਂ ਪੱਲੇ ਪਾਉਣ ਲਈ ਵੀ ਠੀਕ ਆਉਂਦਾ, ਖਾਏਗਾ ਕਿੱਥੋਂ? ਅੱਛਾ, ਉਸੇ ਬੰਦੇ ਦੇ ਸਾਹਮਣੇ ਜਦੋਂ ਅਸਾਂ ਰੋਟੀ ਖਾਧੀ, ਉਹ ਹੀ ਬੰਦੇ ਆਉਂਦੇ ਨੇ, ਮੌਲਵੀ ਬੜਾ ਖਾਂਦੇ ਨੇ ਬਾਈ। ਉਦੋਂ ਤਦ ਮੇਰਾ ਦਿਲ ਆਉਂਦਾ ਵੀ ਬੰਦਾ ਦੁਆ ਮੰਗੇ ਕਿ ਯਾ ਅੱਲਾ, ਇਹਨੂੰ ਜਹਾਜ਼ ਤੋਂ ਜ਼ਮੀਨ 'ਤੇ ਸੁੱਟ ਤੇ ਦਾ ਕੱਖ ਨਾ ਬਚੇ। ਕਿਆ ਭੈੜੀ ਵਾਂਡੇ ਬਈ ਤੇਰੀ, ਮੌਲਵੀ ਦਾ ਨਾਂ ਆਖਿਆ, ਆਉਂਦਾ ਖਾਏਗਾ ਕਿੱਥੋਂ, ਅਤੇ ਜੇ ਟੁੱਕਰ ਲੱਗੀਆਂ ਖਾਣ, ਆਉਂਦਾ ਬਾਈ ਮੌਲਵੀ ਬੜਾ ਖਾਂਦਾ। ਵਾਹ, ਤੈਨੂੰ ਬਤਕਾਂ ਵੱਢਣੋ, ਤੂੰ ਇਹ ਤੇਰਾ ਕਿਹੜਾ ਪਰੋਂ ਹੈ ਬਈ? ਇਹ ਤੇਰੀ ਚੰਗੀ ਪੰਚਾਇਤ, ਤੈਨੂੰ ਮੌਲਵੀ ਦਾ ਆਖਿਆ, ਤੂੰ ਆਉਂਦਾ ਖਾਏਗਾ ਕਿੱਥੋਂ? ਅਤੇ ਜੇ ਅਸਾਂ ਕੁਝ ਲੰਗਰ ਸ਼ਰੀਫ ਲੱਗੇ ਹਾਂ ਕਰਨ, ਤਾਂ ਫਿਰ ਤੂੰ ਆਉਂਦਾ ਵੀ ਬੜਾ ਖਾਂਦੇ ਨੇ। ਠੀਕ ਹੈ, ਖਾਂਦੇ ਹਾਂ, ਸਾਡਾ ਰਿਜ਼ਕ ਇਕੱਲਾ ਬੰਦ ਨਹੀਂ ਕਰਦਾ, ਤੂੰ ਕਿਉਂ ਸੜਦਾ? ਤੇਰਾ ਬੰਦ ਹੈ, ਤੂੰ ਦੁੱਧ ਨਹੀਂ ਪੀ ਸਕਦਾ। ਤੇਰਾ ਬੰਦ ਹੈ, ਤੂੰ ਚੀਨੀ ਵਾਲੀ ਚਾਹ ਨਹੀਂ ਪੀ ਸਕਦਾ। ਤੇਰਾ ਬੰਦ ਹੈ, ਤੂੰ ਪਰੌਂਠਾ ਨਹੀਂ ਖਾ ਸਕਦਾ। ਅਸਾਂ 2-2.5 ਕਿਲੋ ਚਾਵਲ ਮਿਲ ਗਿਆ ਅਤੇ ਖਾ ਗਏ ਹਾਂ, ਰੋਹ ਮਿਲ ਗਿਆ ਅਤੇ ਪੀ ਗਏ ਹਾਂ, ਗੁੜ ਦੀ ਪੇਸ਼ੀ ਮਿਲ ਗਈ ਹੈ ਅਤੇ ਖਾ ਗਏ ਹਾਂ, ਖਤਮ ਸ਼ਰੀਫ ਦੇ ਉੱਤੇ ਹਲਵਾ ਮਿਲ ਗਿਆ ਅਤੇ ਖਾ ਗਏ ਹਾਂ। ਗੁਰਬਤ ਆਪਣੀ ਜਗ੍ਹਾ 'ਤੇ, ਲੇਕਿਨ ਰਿਜ਼ਕ ਬੰਦ ਕੋਈ ਨਹੀਂ। ਨਾਲੇ ਮੇਰਾ ਪੁੱਤਰੀ ਡਿਊਟੀ ਹੈ ਪੁੱਤਰ, ਉਹ ਮੌਲਵੀਆਂ 'ਤੇ ਇਤਰਾਜ਼ ਕਰਨ ਵਾਲੀ ਮੇਰੀ ਬੱਚੜੀ ਡਿਊਟੀ ਹੈ, ਤੇਰੀ ਪਕਾਉਣ ਦੀ ਹੈ, ਸਾਡੀ ਖਾਣ ਦੀ ਹੈ। ਜਦੋਂ ਅਸੀਂ ਗਾਫਲ ਨਹੀਂ, ਤੂੰ ਗਫਲਤ ਕਿਉਂ ਕਰਦਾ? ਪਕਾ ਲੰਗਰ ਚੰਗੇ ਚੰਗੇ ਅਤੇ ਅਸੀਂ ਆ ਕੇ ਖਾਵਾਂਗੇ, ਸਾਡੀ ਡਿਊਟੀ ਖਾਣ ਦੀ, ਮਾਲਕ ਬਣਾਈ ਹੈ ਤੇਰੀ ਪਕਾਉਣ ਦੀ ਲਾਈ। ਤੂੰ ਆਹਨਾ ਕਿ ਮੌਲਵੀ ਬਣਿਆ ਤੇ ਖਾਏਗਾ ਕੀ? ਮੌਲਵੀ ਬੱਕਰੇ ਦੀ ਬੋਟੀ ਐਨ ਚੁੱਕ ਕੇ ਆਉਂਦਾ, ਥੋੜਾ ਸਾ ਸਖਤ ਹੈ। ਮੌਲਵੀ ਤਕਰੀਰ ਕਰਨ ਜਾ ਕੇ ਆਉਂਦਾ, ਨੈਸਲਾ ਲਾਓ ਨੈਸਲਾ। ਉਹ ਵਿਚਾਰੇ ਦੇ ਘਰ ਕੋਈ ਸ਼ਾ ਹੋਵੇ ਨਾ ਹੋਵੇ, ਸਾਡੇ ਵਾਸਤੇ ਨੈਸਲਾ ਆ ਜਾਂਦਾ। ਮੈਂ ਤੁਹਾਨੂੰ ਹਕੀਕਤ ਪਿਆ ਦੱਸਣਾ, ਇਹ ਮਦੀਨੇ ਵਾਲੇ ਨਵੀਂ ਪਾਕ ਦਾ ਕਰਮ ਹੈ, ਕੋਈ ਸਾਡਾ ਕਮਾਲ ਹੈ ਯਾਰ। ਮੈਂ ਮੁਲਾਜ਼ਮ ਹੁਸੈਨ ਬਾਹ ਖੜੀ ਕਰਕੇ ਆਉਂਦਾ, ਤੂੰ ਮੈਨੂੰ ਪੂਰੇ ਮੁਲਕ ਪਾਕਿਸਤਾਨ 'ਚ ਇੱਕ ਹਾਫਜ਼ੇ ਕੁਰਾਨ ਵਿਖਾ, ਇੱਕ ਆਲਮੇ ਦੀਨ ਵਿਖਾ, ਜਿਹੜਾ ਭੁੱਖਾ